ਸਤਿ ਸ਼੍ਰੀ ਅਕਾਲ ਅੰਕਲ ਜੀ, ਹਾਂ ਜੀ, ਮੈਂ ਤੁਹਾਨੂੰ ਜਿੱਦਾਂ ਹੁੰਦਾ ਨਾ ਗੱਲ ਥੋੜ੍ਹੀ ਗੱਲਾਂ ਪੁੱਛਣੀਆਂ ਆ, ਹਾਂ ਜੀ, ਜਿੱਦਾਂ ਤੁਹਾਡਾ ਲਾਈਫ ਉਹ ਸਹਮਤਨ ਸੀਗਾ ਜੇ ਤੁਸੀਂ ਇੰਡੀਆ ਤੋਂ ਆਏ ਸੀਗੇ। ਹਾਂ ਜੀ, ਪਹਿਲਾਂ ਨਾ ਮੈਨੂੰ ਦੱਸਣ ਤੋਂ ਤੁਸੀਂ ਪਹਿਲਾਂ ਮੈਨੂੰ ਦੱਸੋ ਆਪਣਾ ਨਾਂ ਤਾਂ ਕਿੱਥੇ ਤੁਸੀਂ ਜੰਮੇ ਸੀ ਤਾਂ ਤੁਹਾਡੀ ਜਨਮ ਤੇ ਕੀ ਆ। ਸੁੱਚਾ ਸਿੰਘ ਮੇਰਾ ਨਾਂ ਆ। ਹਾਂ ਜੀ, ਅਤੇ ਜੰਮਿਆ ਪਲਿਆ ਮੈਂ ਇੰਡੀਆ, ਆਪਣੇ ਪੰਜਾਬ ਜਲੰਧਰ। ਹਾਂ ਜੀ, ਚੀਮੇ ਕਲਾਂ, ਬੜੇ ਚੀਮੇ। ਅਤੇ ਮੇਰੀ ਡੇਟ ਆਫ ਬਰਥ ਹੈਗੀ ਆ ਪਾਸਪੋਰਟ ਦੇ ਹਿਸਾਬ ਨਾਲ 32। ਹਾਂਜੀ, ਅਤੇ ਉਹ ਤੋਂ ਬਾਅਦ ਅਸੀਂ ਇੱਥੇ ਆਏ ਇੰਗਲੈਂਡ ਦੇ ਵਿੱਚ। ਦੇਖ ਲਾ ਹੁਣ ਤਾਂ ਹਿਸਾਬ ਲਾ ਲਾ, ਮੈਨੂੰ 42 ਈਅਰ ਹੋ ਗਏ ਆ ਇਸ ਮੁਲਕ 'ਚ ਰਹਿੰਦੇ। ਮੈਂ 58 ਪਹਿਲੀ ਮਾਰਚ ਨੂੰ ਆਇਆ ਸੀ। ਹੁਣ ਤਾਂ ਹਿਸਾਬ ਲਾ ਲਾ ਕਿੰਨੀ ਉਮਰ ਹੋ ਗਈ। ਹਾਂ ਹਾਂ, ਛੋਟੇ ਨਹੀਂ ਤਾਂ ਤਕੜੇ ਸੀ ਉਦੋਂ ਉਦੋਂ ਅਸੀਂ ਇੰਡੀਆ 'ਚ। ਹਾਂ, ਇੰਡੀਆ 'ਚ ਵਿਆਹ ਮੇਰਾ ਹੋਇਆ ਸੀ, ਉਹ 3 ਸਾਲ ਬਾਅਦ 'ਚ ਆਈ ਮੇਰੇ ਤੋਂ। ਹਾਂਜੀ, ਅਤੇ ਮੈਂ ਪਹਿਲਾਂ ਹਿਚਨ ਦੇ 'ਚ ਆਇਆ ਸੀ, ਹਾਰਟ ਟਾਊਨ, ਉੱਧਰ ਹਿਚਨ ਹੈਗਾ ਨਾ ਟਾਊਨ, ਉੱਧਰ ਉੱਥੇ ਆਇਆ ਸੀ ਮੈਂ। ਹਾਂ, ਪਹਿਲਾਂ ਉੱਥੇ ਆਇਆ ਮੈਂ, ਉੱਥੇ 1 ਸਾਲ ਰਿਹਾ ਜਾਣੀ। ਅਤੇ ਮੋਟਰਵੇ ਜਿਹੜੀ ਐਮਬਾਨੇ ਉਹਦੇ 'ਤੇ ਕੰਮ ਕੀਤਾ ਸੀ ਉੱਥੇ, ਉਹ ਕੈਂਕਰੀ ਦਾ ਹੈ ਕਿ ਨਹੀਂ, ਆਪਣੇ ਜਿੱਦਾਂ ਗੇਂਗਾਂ ਹੁੰਦੀਆਂ ਸੀਆਂ ਵੀ ਤੁਸੀਂ ਆਹ ਕੰਮ ਕਰਨਾ, ਤੁਸੀਂ ਆਹ ਕੰਮ ਕਰਨਾ, ਇੱਦਾਂ ਦੇ ਕੰਮ ਉੱਥੇ ਕੀਤਾ। ਤਾਂ ਉੱਥੋਂ ਫਿਰ ਕ੍ਰਿਸਮਿਸ ਤੋਂ ਬਾਅਦ ਜਨਵਰੀ ਦੇ ਦੂਸਰੇ ਹਫ਼ਤੇ 'ਚ ਬੰਦ ਹੋ ਗਿਆ ਸੀ ਕੰਮ, ਬਸ ਸਨੋਅ ਪੈ ਗਈ, ਉਹਨਾਂ ਨੂੰ ਬੰਦ ਕਰ ਦਿੱਤਾ। ਉਹ ਤੋਂ ਬਾਅਦ 2 ਹਫ਼ਤੇ ਵਿਹਲੇ ਰਹੇ ਉੱਥੇ, ਜਿੱਦਾਂ ਫਿਰ ਚਲੇ ਗਏ ਲੰਡਨ ਦੇ ਏਰੀਏ 'ਚ, ਸਾਊਥ ਈਸਟ ਲੰਡਨ, ਚਾਰਲਟਨ, ਬੁਲਿਚ, ਉੱਧਰ ਫਿਰ ਮੈਂ ਰਿਹਾ 14-15 ਸਾਲ ਕਰੀਬਨ, ਹੈ ਕਿ ਨਹੀਂ। ਅਤੇ 3 ਸਾਲ ਬਾਅਦ ਮੇਰੀ ਵਾਈਫ ਆਈ ਉੱਥੇ ਜਿੱਦਾਂ, ਅਤੇ ਬੱਚਿਆਂ ਨੇ ਆਪਣੇ ਬਰਥ ਉੱਥੇ ਦੇ ਹੀ ਆ ਜਾਣੀ, ਲੰਡਨ ਦੇ, ਇੱਥੇ ਦੇ ਇੰਡੀਆ ਦੇ। ਹਾਂ ਹਾਂ, ਲੰਡਨ। ਹਾਂਜੀ, 4 ਬੱਚੇ ਆ, 2 ਲੜਕੀਆਂ 2 ਲੜਕੇ ਆ। ਉਮਰ ਹੈ, ਵੱਡੀ ਲੜਕੀ ਦੀ ਉਮਰ ਹੈਗੀ ਆ 2 ਅਕਤੂਬਰ 1962, ਸੈਕਿੰਡ ਬੋਏ 5 ਅਕਤੂਬਰ 1963, ਥਰਡ ਗਰਲ 19 ਅਪ੍ਰੈਲ 1966, ਚੌਥਾ ਬੱਚਾ 18 ਅਪ੍ਰੈਲ 1971। ਹਾਂ, ਤੁਸੀਂ ਨਾ ਪਹਿਲਾਂ ਮੈਨੂੰ ਦੱਸਿਆ ਸੀ ਤੁਸੀਂ ਕਾਫੀ ਚਿਰ ਲੰਡਨ ਰਹਿ ਕੇ ਆਏ ਸੀ, 15 ਸਾਲ। ਹਾਂ ਜੀ, ਕਹਿੰਦੇ ਸੀਗੇ ਫਿਰ ਤੁਸੀਂ ਵੂਲਵਰਹੈਂਪਟਨ ਤੋਂ ਆਏ, ਹੋਰ ਵੀ ਕਿਤੇ ਰਹੇ ਸੀ? ਨਹੀਂ, ਉੱਥੋਂ ਬਾਅਦ ਅਸੀਂ ਵੂਲਵਰਹੈਂਪਟਨ ਆਏ ਹਾਂ 73 ਦੇ ਵਿੱਚ। ਤੁਹਾਨੂੰ ਵੂਲਵਰਹੈਂਪਟਨ ਲੰਡਨ ਦਾ ਵਧੀਆ ਲੱਗਾ? ਨਹੀਂ, ਵਧੀਆ ਨਹੀਂ ਲੱਗੀਆਂ, ਕੋਈ ਬੰਦੇ ਦੇ ਇਹੋ ਜਿਹੇ ਹਾਲਾਤ ਹੋ ਜਾਂਦੇ ਹੈਗੇ ਆ। ਹੁਣ ਉੱਧਰ ਕੋਈ ਆਪਣਾ ਜਿੱਦਾਂ ਕੋਈ ਫੈਮਿਲੀ ਦਾ ਬੰਦਾ ਨਹੀਂ ਸੀ, ਸਾਰੇ ਇੱਧਰ ਹੀ ਆ ਗਏ, ਇੱਕ ਦੋ ਕੁ ਬੰਦੇ ਕੰਟਰੀ ਆ ਗਏ, ਕੋਲੋ ਮੈਂਗਟਨ ਸਪਾ, ਫਿਰ ਮੈਂ ਇੱਧਰ ਆ ਗਿਆ ਇੱਥੇ, ਇੱਥੇ ਆਪਣੇ ਰਿਸ਼ਤੇਦਾਰ ਰਹਿੰਦੇ ਸੀਗੇ। ਅਤੇ ਉਹ ਤੋਂ ਬਾਅਦ ਫਿਰ ਅਸੀਂ ਸ਼ੋਪ ਲਈ ਆ ਤਾਂ ਗਲੋਸਟਰ ਸ਼ਹਿਰ ਦੇ ਵਿੱਚ, ਉੱਥੇ ਰਹੇ ਕਰੀਬਨ ਅਸੀਂ 9 ਸਾਲ, ਹੈ ਕਿ ਨਹੀਂ। ਫਿਰ ਉਹ ਸਾਰੀ ਫੈਮਿਲੀ ਜੋਗੀ ਹੈ ਨਾ ਅਸੀਂ, ਫਿਰ ਉਹ ਵੇਚ ਆਏ, ਫਿਰ ਇੱਥੇ ਆ ਗਿਆ ਮੁੜ ਕੇ ਵਾਪਸ। ਆਪਣੇ 8 ਨੰਬਰ ਲੌਗੋਂਡਨ ਐਵੇਨਿਊ ਵਿੱਚ, ਗੋਲਥਨ ਪਾਰਕ। ਨਾ, ਮੈਂ ਤਾਂ ਰਿਟਾਇਰ ਹੋਇਆ 2-3 ਸਾਲ ਹੋ ਗਏ ਵੂਲਵਰਹੈਂਪਟਨ 'ਚ ਕੀਤਾ ਸੀਗਾ, ਕੀ ਕਹਿੰਦੇ, ਇਲੈਕਟਰੋਪਲੇਟਿੰਗ, ਵੂਲਵਰਹੈਂਪਟਨ ਇਲੈਕਟਰੋਪਲੇਟਿੰਗ, ਫੋਲਡ ਹਾਊਸ ਬਸ਼ਵਰੀ ਦੇ, ਉਹ ਬੋਡਰ ਆਪਣੇ ਬੋਡਰ ਰੋਡ ਆ ਨਾ ਜਾਣੀ। ਅੱਛਾ, ਕੋਈ ਗੱਲ ਨਹੀਂ, ਕਹੀ ਹਾਂ। ਅਤੇ ਉੱਥੇ ਕੀਤਾ, ਹਾਲੇ ਹੈਗੀ ਆ, ਫਿਰ ਉਹ ਉਸ ਟਾਈਮ 'ਤੇ ਬੰਦ ਹੋ ਗਏ, ਹੋਰ ਕਿਸੇ ਨੂੰ ਓਵਰਟੇਕ ਕਰ ਲਿਆ, ਜਿੱਦਾਂ
ਫਿਰ ਬੰਦਿਆਂ ਨੂੰ ਵਿੱਚੋਂ ਜਿੱਦਾਂ ਵਿੱਚ ਹਟਾ ਤੇ ਉਹ ਨਹੀਂ ਜਾਣੀ। ਫਿਰ ਉਸ ਤੋਂ ਬਾਅਦ ਮੈਂ ਫਿਰ 81 ਦੇ ਵਿੱਚ ਸ਼ੋਪ ਲੈ ਲਈ ਕਲੋਸਟਰ ਜਾ ਕੇ। ਅਸੀਂ ਨਹੀਂ ਕਲੋਸਟਰ ਉਹ ਅਸੀਂ 9 ਸਾਲ ਰੱਖੀ ਜੀ, ਫਿਰ ਵੇਚ ਦਿੱਤੀ ਸਾ। ਫਿਰ ਉਹ ਸਾਰੀ ਫੈਮਿਲੀ ਜੋ ਕਿ ਹੈ ਨਾ ਅਸੀਂ, ਫਿਰ ਫੈਮਿਲੀ ਕਿਉਂਕਿ ਦੋ ਹਿੱਸਿਆਂ 'ਚ ਵੰਡ ਹੋ ਜਾਂਦੀ ਸੀ, ਕੁਛ ਇੱਥੇ ਕੁਛ ਉੱਥੇ ਸੀਗੀ, ਅਤੇ ਫਿਰ ਅਸੀਂ ਇੱਥੇ ਆ ਗਏ ਵੇਚ ਕੇ। ਇੱਥੇ ਫਿਰ ਮੈਂ ਕੰਮ ਤਾਂ ਕੀਤਾ ਹੀ ਨਹੀਂ, ਉਦੋਂ ਬਾਅਦ ਸਾਨੂੰ ਕਿੱਥੇ ਮਿਲਣਾ ਹੋ ਜਦੋਂ ਜੰਗ ਨਹੀਂ ਮਿਲਦਾ ਜਾਣੀ ਹੈ ਕਿ ਨਹੀਂ। ਅਤੇ ਫਿਰ ਥੋੜ੍ਹਾ ਜਿਹਾ ਇਨਕਮ ਸਪੋਰਟ ਰਹੀ ਬਾਅਦ 'ਚ, ਬਾਅਦ 'ਚ ਹੁਣ ਪੈਨਸ਼ਨ ਹੋ ਗਈ। ਉਹਨੇ ਕੰਮ ਕੀਤਾ ਥੋੜ੍ਹਾ ਚਿਰ ਹੈ ਕਿ ਹਜੇ ਉਹਨੂੰ ਪੂਰੀ ਪੈਨਸ਼ਨ ਨਹੀਂ। ਮੈਂ ਤੁਹਾਨੂੰ ਤਾਂ ਪੁੱਛਣਾ ਚਾਹੁੰਦਾ ਵੀ ਕਿੰਨੇ ਸਾਲ ਦੀ ਆਪਣੇ ਬੁੜੀਆਂ ਨੂੰ ਪੈਨਸ਼ਨ ਹੁੰਦੀ ਆ, 60 ਸਾਲ ਦੇ ਹੁੰਦੇ ਜਾਂ 65 ਸਾਲ ਦੀ ਹੁੰਦੀ ਆ? ਬਸ ਪਤਾ ਨਹੀਂ। ਅੱਛਾ ਚਲੋ ਹਾਂ, ਪਹਿਲਾਂ ਤਾਂ ਕੋਈ ਸੋਚਦਾ ਹੀ ਹੈ ਨਾ ਸੀ। ਜਿਸ ਵੇਲੇ ਮੈਂ ਪਾਸ ਬਣਾਇਆ 1953 ਦੇ ਵਿੱਚ, ਅਸੀਂ ਗਏ ਸੀ ਮਲੇਸ਼ੀਆ ਨੂੰ, ਹੈਂ ਉੱਥੇ 4 ਸਾਲ ਰਿਹਾ। ਫਿਰ ਇੰਡੀਆ ਆ ਕੇ ਵਿਆਹ ਕਰਾਇਆ, ਵਿਆਹ ਕਰਾ ਕੇ ਫਿਰ 10 ਕੁ ਮਹੀਨੇ ਰਹਿ ਕੇ ਫਿਰ ਬਾਅਦ 'ਚ ਇੱਧਰ ਨੂੰ ਆ ਗਏ। ਕੋਈ ਉਸ ਵੇਲੇ ਤਾਂ ਕੋਈ ਆਈਡੀਆ ਵੀ ਹੈ ਨਾ ਸੀ ਇੱਧਰ ਨੂੰ ਅਸੀਂ ਆਉਣਾ ਜਿੱਦਾਂ ਉਸ, ਕਿਉਂਕਿ ਜਿਹੜਾ ਆਪਣੇ ਮਲੇਸ਼ੀਆ ਸੀ ਇਹਨਾਂ ਦੇ ਅੰਡਰ ਸੀਗਾ, ਇਹਨਾਂ ਦੇ ਗੌਰਮੈਂਟ ਸੀ, ਉੱਥੋਂ ਪਾਸ ਬਣਾ ਕੇ ਬ੍ਰਿਟਿਸ਼ ਪਾਸਪੋਰਟ ਇੱਥੇ ਆ ਗਿਆ। ਬਸ ਠੀਕ ਹੈ, ਇੰਡੀਆ ਵਿੱਚ ਸੀਗੇ, ਹੁਣ ਸਾਡਾ ਵੱਡਾ ਭਾਈ ਇੱਥੇ ਆਇਆ। ਹੁਣ ਸਾਡੇ ਮੰਮੀ ਡੈਡੀ ਤਾਂ ਉਹਨਾਂ ਦੀ ਡੈਥ ਹੋ ਗਈ ਹੈਗੀ, ਅਤੇ ਹੋਰ ਮੇਰੇ ਜਿੱਦਾਂ ਕੀ ਕਹਿੰਦੇ ਹੁੰਦੇ ਆ ਨੈਪੀਓ ਲਾ ਲਓ ਜਿੱਦਾਂ ਬਈ ਆਪਣੇ ਭਤੀਜੇ ਜਾਂ ਭਾਣਜੇ ਉਹ ਰਹਿੰਦੇ ਇੰਡੀਆ 'ਚ। ਹਾਂ ਮਕਾਨ ਹੈਗਾ, ਮੈਂ ਹੁਣ ਪਾਇਆ ਸੀ ਜਾ ਕੇ, ਪਹਿਲਾਂ ਵੀ ਹੁੰਦਾ ਸੀਗਾ। ਫਿਰ ਥੋੜ੍ਹਾ ਜਿਹਾ ਹੁਣ ਜਿੱਦਾਂ ਅੱਜ ਕੱਲ੍ਹ ਦੇ ਮਾਹੌਲ ਦੇ ਨਾਲ ਹੈ ਕਿ ਨਹੀਂ, ਟੋਇਲਟਾਂ ਹੁੰਦੀਆਂ, ਬਾਥ ਹੁੰਦੀਆਂ, ਇਹ ਮੈਂ ਹੁਣ ਮੈਂ ਪਿਛਲੇ ਸਾਲ ਬਣਾਇਆ ਸੀ ਜਾ ਕੇ। ਹਾਂਜੀ ਪਹਿਲੀ ਦਫਾ ਤਾਂ ਮੈਂ ਇੰਗਲੈਂਡ ਦੇ ਵਿੱਚੋਂ ਗਿਆ 12 ਸਾਲਾਂ ਬਾਅਦ, ਅਤੇ ਫਿਰ ਗਿਆ 4 ਸਾਲਾਂ ਬਾਅਦ, ਫਿਰ ਗਿਆ ਮੈਂ 10 ਸਾਲਾਂ ਬਾਅਦ ਕਰੀਬਨ 10-12 ਕੁ ਲਾ ਲਓ ਜਾਂਦੇ। ਬੱਚੇ ਇੱਕ ਦਫਾ ਗਏ ਸਾਡੇ ਨਾਲ 74 'ਚ, ਹਾਂ ਉਦੋਂ ਸਾਰੇ ਜਾ ਕੇ ਆਏ, ਤਾਂ ਹੁਣ ਫਿਰ ਜਾਣਗੇ ਸ਼ਾਇਦ। ਮੈਂ ਕਹਿੰਦੇ ਉਦੋਂ ਟੋਲਟਾਂ ਦਾ ਔਖਾ ਹੁੰਦਾ ਸੀ ਉੱਥੇ ਜਾਣੀ, ਤਾਂ ਬੱਚੇ ਕਹਿੰਦੇ ਪਹਿਲਾਂ ਉਹ ਬਣਾਓ, ਅਤੇ ਹੁਣ ਉਹ ਬਣਾ ਕੇ ਆਏ ਤਾਂ ਹੁਣ ਜਾਣਗੇ ਜਾਣੀ ਇਸ ਸਾਲ ਦੇ 'ਚ। ਹਾਂਜੀ ਕਿੱਦਾਂ ਤੁਹਾਨੂੰ ਲੱਗਾ ਸੀਗਾ? ਲੰਡਨ ਜਿੱਥੇ ਅਸੀਂ ਉੱਥੇ ਹਿਚਨ ਰਹਿੰਦੇ ਸੀ ਨਾ, ਲਚਵਰਥ ਦਾ ਏਰੀਆ ਸੀਗਾ ਉਸ ਟਾਈਮ 'ਤੇ, ਆਪਣੇ ਬੰਦਿਆਂ ਦੇ ਘਰ ਘੱਟ ਸੀਗੇ, ਮਕਾਨ ਜਿਹੜੇ ਸੀ ਘੱਟ ਸੀ ਬਹੁਤ, ਅਤੇ ਇੱਦਾਂ ਹੀ ਸੀ ਵੀ ਇੱਕ ਦੂਜੇ ਦੇ ਕੋਲ ਨੂੰ ਬੰਦਾ ਆਉਂਦਾ ਸੀ ਕੋਈ, ਜਾਂ ਇੰਡੀਆ ਦੀ ਕੋਈ ਭਾਈ ਬੰਦੀ ਲਾ ਲਓ ਜਾਂ ਕੋਈ ਰਿਸ਼ਤੇਦਾਰੀ ਦੇ ਤੌਰ 'ਤੇ ਜਿੱਦਾਂ, ਹਾਂਜੀ ਅਤੇ ਉੱਥੇ ਤਕਲੀਫਾਂ ਬਹੁਤ ਹੋਈਆਂ, ਮਕਾਨ ਘੱਟ ਸੀ, ਬੰਦੇ ਜ਼ਿਆਦਾ ਸੀ, ਸਿੰਗਲੋ ਹੀ ਬੰਦੇ ਸੀਗੇ, ਫੈਮਿਲੀਆਂ ਤਾਂ ਆਈ ਨਹੀਂ ਸੀ ਕਿਸੇ ਦੀਆਂ। ਹਾਂਜੀ ਹਾਂਜੀ ਰੈਂਟ 'ਤੇ ਅਸੀਂ 30 ਬੰਦੇ ਘਰ 'ਚ ਰਹਿੰਦੇ ਸੀਗੇ, ਅਤੇ ਇੱਕ ਇੱਕ ਹੁਣ ਇੱਦਾਂ ਮੈਂ ਨਹੀਂ ਵੀ ਕਹਿਣਾ ਚਾਹੁੰਦਾ ਜਾਣੀ ਵੀ 3-3 ਜਣੇ ਇੱਕ ਮੰਜੇ 'ਤੇ ਸੌਂਦੇ, ਬੈੱਡ 'ਤੇ ਸੌਂਦੇ ਸੀ ਉਸ ਟਾਈਮ 'ਤੇ, ਫਿਰ 2 ਜਣੇ ਫਿਰ ਇੱਦਾਂ ਹੀ ਬਸ, ਕੋਈ ਕਿਤੇ ਚਲੇ ਗਿਆ ਕੰਮ 'ਤੇ, ਕੋਈ ਕਿਤੇ ਲੱਗ ਗਿਆ ਜਾ ਕੇ। ਫਿਰ ਮੈਂ 6 59 ਦੇ ਵਿੱਚ ਫਿਰ ਮੈਂ ਆਪਣਾ ਘਰ ਲੈ ਲਿਆ ਸੀ ਚਾਰਲਟਨ,
हाँ जी, ते उत्थे मेरी फैमिली आ गई बाद च। ਤਾਂ ਹੋਰ ਤਕਲੀਫਾਂ ਕੀ ਸੀ ਤੁਹਾਨੂੰ? ਤਕਲੀਫਾਂ ਥੋੜ੍ਹੀ ਜਿਹੀਆਂ ਉਦੋਂ ਆਪਣੇ ਨਹਾਉਣ ਦੀਆਂ ਹੁੰਦੀਆਂ ਸੀ, ਬਾਥ ਨਹੀਂ ਹੁੰਦੇ ਸੀਗੇ ਘਰਾਂ 'ਚ ਵੀ, ਘੱਟ ਸੀ ਬਾਥ ਹੈ। ਚਲੋ ਉਸ ਏਰੀਏ ਵਿੱਚ ਤਾਂ ਹੁੰਦੇ ਸੀਗੇ ਉੱਧਰ, ਜਿੱਦਾਂ ਮੈਂ ਕਹਿੰਦਾ ਇੱਧਰ ਹੈ ਨਹੀਂ ਸੀ। ਹਾਂਜੀ, ਪਰ ਅਸੀਂ ਤਾਂ ਜਦੋਂ ਇੱਥੇ ਵੀ ਆਏ ਹਾਂ 73 ਦੇ ਵਿੱਚ, ਤਾਂ ਅਸੀਂ ਪੈਨਫੀਲਡ ਦੇ ਉਹ ਜਿਹੜਾ ਆਪਣੇ ਲੀ ਰੋਡ, ਆਪਣਾ ਬਰੋਨ ਬੋਰਡ ਹੈ ਨਾ, ਗਾਂ ਜਾ ਕੇ ਹੀ ਰੋਡ 'ਤੇ ਉੱਤੇ ਹੈ ਅਸੀਂ ਆਪਣੇ ਉਹ ਚੱਕਰ ਸਟਰੀਟ ਆ ਜੀ ਜਾਣੀ, ਅਸੀਂ ਉੱਥੇ ਆਪਣੇ ਮਕਾਨ ਲਿਆ ਕੇ ਜਾਣੀ, ਉਹਦੇ ਵਿੱਚ ਬਾਥ ਹੈਗਾ ਇੱਥੇ ਲੱਗਾ ਆ ਸਾਡੇ ਜਾਣੀ ਉਸ ਟਾਈਮ 'ਤੇ ਜਾਣੀ। ਮੈਨੂੰ ਹੋਰ ਕਿਸੇ ਦਾ ਪਤਾ ਨਹੀਂ ਹੈ ਕਿੱਦਾਂ ਸੀ ਕਿੱਦਾਂ ਨਹੀਂ ਜਾਣੀ ਹੈਗੇ ਨੇ, ਉੱਥੇ ਤਾਂ ਮਕਾਨ 'ਤੇ ਆਪਣੇ ਬਾਥ ਸੀਗਾ ਹੈਗੇ ਨੇ। ਨਹੀਂ ਸਾਨੂੰ ਕੋਈ ਖਾਸ ਨਹੀਂ ਹੋਈ ਜਾਣੀ, ਸਾਡੇ ਉੱਥੇ ਗੋਰੇ ਹੀ ਸੀ, ਲੰਡਨ ਵੀ ਰਹਿੰਦੇ ਸੀ ਗੋਰੇ ਸੀ, ਗੁਆਂਢ ਇੱਥੇ ਆਏ ਤਾਂ ਇੱਥੇ ਵੀ ਗੋਰੇ ਸੀਗੇ, ਉਹ ਸਪੈਸਿਫਿਕ ਆਪਣੇ ਬਸਤੀਰ 'ਚ ਕੋਈ ਆਪਣਾ ਬੰਦਾ ਹੈ ਨਹੀਂ ਸੀ ਜਾਣੀ। ਅਤੇ ਗੋਰੇ ਤਾਂ ਕਈ ਦਫ਼ਾ ਕਹਿੰਦੇ ਹੁੰਦੇ ਵੀ ਗੁਆਂਢ ਚੰਗਾ ਹੋਵੇ ਤਾਂ ਠੀਕ ਆ, ਅਤੇ ਲੰਡਨ ਰਹਿੰਦੇ ਹੁੰਦੇ ਸੀਗੇ ਜੇ ਕਦੇ ਬਾਹਰ ਗਏ ਹੋ, ਜਿੱਦਾਂ ਆਪਣੇ ਵੀ ਮੀਂਹ ਪੈਣ ਲੱਗਾ ਹੈਗਾ ਅਤੇ ਕੱਪੜੇ ਰੱਸੀ ਦੇ ਪਾਇਓ ਬਾਹਰ ਹੈ ਸੁੱਕਣੇ, ਤਾਂ ਉਹ ਲਾਹ ਕੇ ਆਪਣੇ ਅੰਦਰ ਰੱਖ ਲੈਂਦੇ ਹੁੰਦੇ ਸੀਗੇ ਗੋਰੇ। ਹਾਂ ਸਾਡੇ ਕੱਪੜੇ, ਹਾਂ ਜੀ। ਅਤੇ ਦੂਸਰੀ ਗੱਲ ਇਹ ਆ, ਮੇਰੀ ਵੱਡੀ ਗੁੱਡੀ ਉਹਨਾਂ ਨੇ ਪਾਲੀ ਆ ਗੋਰਿਆਂ ਨੇ ਕਰੀਬਨ, ਅਤੇ ਮੇਰਾ ਛੋਟਾ ਬੇਬੀ ਫਿਰ ਆਪਣੇ ਸਾਲ ਬਾਅਦ ਸੀ ਨਾ ਜਿੱਦਾਂ, ਅਤੇ ਉਹਨਾਂ ਦੀਆਂ ਗੁੱਡੀਆਂ ਛੋਟੀ ਛੋਟੀਆਂ ਹੁੰਦੀਆਂ ਸੀਗੀਆਂ, ਉਹ ਹੀ ਉਹਨਾਂ ਨੂੰ ਬਕਲਾਉਂਦੇ ਰਹੇ ਨਿਆਣਿਆਂ ਸਾਡਿਆਂ ਨੂੰ, ਤਾਂ ਜਾਣੀ ਮੈਂ ਕਿੱਦਾਂ ਕਹਿ ਸਕਦਾ ਮਾੜੇ ਆ, ਹੈ ਕਿ ਨਹੀਂ, ਸਾਰੇ ਇੱਕੋ ਜਿਹੇ ਵੀ ਨਹੀਂ ਹੈਗੇ, ਹੈ ਕਿ ਨਹੀਂ। ਅਤੇ ਇੱਥੇ ਵੀ ਆਏ ਸਾਡੇ ਨਾਲ ਠੀਕ ਹੀ ਰਹੇ ਆ, ਅਸੀਂ ਹੁਣ ਜਿੱਥੇ ਰਹਿੰਦੇ ਹਾਂ ਇੱਥੇ ਵੀ ਠੀਕ, ਇੱਕ ਪਾਸੇ ਆਪਣੇ ਬੰਦੇ ਇੱਕ ਪਾਸੇ ਘੋੜੇ ਰਹਿੰਦੇ ਸਾਡੇ। ਹਾਂਜੀ, ਤੁਸੀਂ ਆਪਣੀ ਇੰਡੀਆ ਕੀਤੀ ਸੀਗੀ? ਤਾਂ ਪੰਜਾਬੀ ਮੈਂ ਤਾਂ ਪੜ੍ਹਿਆ ਜਾਣੀ ਥੋੜ੍ਹੀ ਜਿਹੀ ਜਾਣੀ ਹੈ ਕਿ ਨਹੀਂ, ਅਤੇ ਥੋੜ੍ਹਾ ਜਿਹਾ ਉਰਦੂ ਪੜ੍ਹਿਆ ਸੀ ਉਦੋਂ ਜਾਣੀ, ਉਹ ਤਾਂ ਭੁੱਲ ਭੁੱਲੇ ਗਿਆ ਸਾਨੂੰ ਜਾਣੀ, ਅਤੇ ਕਿਉਂਕਿ ਪਹਿਲਾਂ ਉਰਦੂ ਹੁੰਦਾ ਸੀ ਨਾ ਆਪਣੇ ਇੰਡੀਆ 'ਚ, ਤਾਂ ਪੰਜਾਬੀ ਬਾਅਦ 'ਚ ਆਈ ਆ, ਫਿਰ ਪੰਜਾਬ ਉਹ ਉਰਦੂ ਪੜ੍ਹਦੇ ਸੀ, ਕਈ ਵਾਰ ਸਾਰੇ ਉਰਦੂ ਹੀ ਪੜ੍ਹਦੇ ਸੀ ਉੱਥੇ, ਦਫ਼ਤਰਾਂ ਵਿੱਚ ਵੀ ਆਪਣੇ ਆਫਿਸਾਂ ਵਿੱਚ ਵੀ ਉਰਦੂ ਹੀ ਹੁੰਦਾ ਸੀਗਾ। ਤਾਂ ਫਿਰ ਪਾਕਿਸਤਾਨ ਦੀ ਜਾਂ ਇੰਡੀਆ ਦੀ ਰਾਏ ਹੋਈ ਸੀਗੀ ਉਦੋਂ ਤੁਸੀਂ ਇੰਡੀਆ ਸੀ? ਹਾਂ ਇੰਡੀਆ ਸੀ, ਮੈਂ ਤਾਂ ਪੰਜਾਬ ਵਿੱਚ ਸੀਗਾ, ਮੈਨੂੰ ਚੇਤਾ ਉੱਥੋਂ ਜਿੱਦਾਂ ਸਾਰਾ ਇਹ ਜਾਣੀ ਕੀ ਹੁੰਦਾ ਸੀਗਾ, ਲੋਕ ਕਿੱਦਾਂ ਇੱਕ ਦੂਜੇ ਨੂੰ ਜਿੱਦਾਂ, ਕਿਉਂਕਿ ਪਹਿਲਾਂ ਤਾਂ ਕੋਲੋਂ ਕੋਲ ਹੀ ਸਾਰੇ ਜਿੱਦਾਂ ਇੱਕੋ ਪਿੰਡ 'ਚ ਰਹਿੰਦੇ ਸੀਗੇ, ਫਿਰ ਇੱਕ ਦੂਜੇ ਨੂੰ ਜਿੱਦਾਂ ਇੱਦਾਂ ਵੀ ਇਹਨੂੰ ਮਾਰ ਦਿਓ, ਕਹਿੰਦੇ ਉਹਨੂੰ ਮਾਰ ਦਿਓ, ਬਸ ਇੱਦਾਂ ਇੱਦਾਂ ਨਹੀਂ ਹੁੰਦਾ। ਨਹੀਂ ਮੈਂ ਪਹਿਲਾਂ ਇੰਡੀਆ 'ਚ ਉਸੇ ਸਾਈਡ 'ਤੇ ਰਹਿੰਦੇ ਸੀ ਵੀ ਜਲੰਧਰ ਦੇ, ਜਿੱਦਾਂ ਨਹੀਂ ਮੈਂ ਨਹੀਂ ਪੜ੍ਹਿਆ ਹੈਗਾ, ਕਿਉਂਕਿ ਇੰਗਲਿਸ਼ ਮੈਨੂੰ ਜਿਹੜੀ ਆ ਉੱਥੇ ਬਾਹਲੀਆਂ ਔਰਤਾਂ ਕੰਮ ਕਰਦੀਆਂ ਸੀਆਂ ਗੋਰੀਆਂ, ਜਿੱਦਾਂ ਜਿਹੜੇ ਆ ਬੋਤਲਾਂ ਦੇ ਡੱਟ ਨਹੀਂ ਬਣਦੇ ਕੈਪ, ਇਹ ਬਣਦੇ ਸੀ ਇੱਕ ਪਾਲ ਦੇ, ਜਿੱਦਾਂ ਉੱਧਰ ਬਣਾਉਂਦੇ ਹੁਣ ਇੱਧਰ ਆ ਕੇ ਉਹਦੀ ਫਿਰ ਇੰਸਪੈਕਸ਼ਨ ਹੁੰਦੀ ਸੀਗੀ, ਤਾਂ ਉਹਨਾਂ 'ਚੋਂ ਕਈ ਤਾਂ ਗਲੂ ਜਿਹਾ ਲਾ ਕੇ ਤਾਂ ਇੱਕੋ ਗੱਤਾ ਜਿਹਾ ਹੁੰਦਾ ਦਿੰਦੇ ਆ ਨਾ ਵੀ ਜਿੱਦਾਂ ਜਾਣੀ, ਇਹ ਚਲਟਨ ਸੀਗੀ ਜੀ ਉੱਥੇ ਫੈਕਟਰੀ ਜਾਣੀ, ਉਹਦਾ ਨਾਂ ਕੋਕੈਂਸੀ ਸੀ, ਤਾਂ ਰੋਡ ਦਾ ਨਾਂ ਸੀ ਐਂਕਨ ਹੋਪਲੈਨ। ਹਾਂਜੀ, ਅਤੇ ਉੱਥੇ ਕੀਤਾ ਮੈਂ 5-6 ਸਾਲ, ਮੈਨੂੰ ਉੱਥੇ ਇੰਗਲਿਸ਼ ਤਕਰੀਬਨ ਆਈ ਜਾਣੀ, ਕਿਉਂਕਿ ਉੱਥੇ ਰੰਗਾਂ ਦਾ ਹੈ ਕਿ ਨਹੀਂ, ਉਹ ਕੀ ਰੰਗ ਵਾ ਉਹ ਕੀ ਰੰਗ ਵਾ ਜਿੱਦਾਂ, ਹਾਂ ਫਿਰ ਉਸੇ ਮਾਹੌਲ 'ਚ ਦਾ ਰਹੇ ਨਾ ਜਾਣੀ, ਆਪਣੇ ਬੰਦੇ ਹੈ ਨਹੀਂ ਸੀ ਕੋਈ ਵੀ ਉੱਥੇ ਜਿੱਦਾਂ, ਅਤੇ ਇਸ ਕਰਕੇ ਨਹੀਂ ਆਪਣੇ ਨਾਲ ਕੋਈ, ਤਾਂ ਮੈਂ ਇਹਨਾਂ ਕਿਸੇ ਨੂੰ ਕੋਈ ਫਰਕ ਨਹੀਂ ਕੀਤਾ, ਹੋਰ ਕਿਸੇ ਦਾ ਮੈਨੂੰ ਪਤਾ ਨਹੀਂ। ਹਾਂ ਹਾਂ ਤਾਂ ਠੀਕ ਰਹੇ ਆਪਣੇ ਨਾਲ, ਤਾਂ ਤੁਸੀਂ ਉਦੋਂ ਵੀ
ਤੁਹਾਡੇ ਕੋਲ ਉਦੋਂ ਪੱਗ ਵੀ ਸੀਗੀ, ਤੁਸੀਂ ਸਿੱਖ ਸੀਗੇ ਉਦੋਂ ਵੀ? ਉਦੋਂ ਨਹੀਂ ਸੀ, ਮੈਂ ਜਦੋਂ ਇੰਗਲੈਂਡ ਆਇਆ ਉਦੋਂ ਕਿਉਂਕਿ ਬਾਥ ਨਹੀਂ ਹੁੰਦੇ ਸੀਗੇ ਅਤੇ ਕੁਛ ਕੰਮਾਂ ਕਾਰਨ ਵੀ ਜਿੱਦਾਂ, ਅਤੇ ਪਹਿਲੀ ਗੱਲ ਤਾਂ ਮੈਂ ਤਾਂ ਮੈਂ ਭਾਰਾ ਕੰਮ ਨਹੀਂ ਕੀਤਾ, ਨਾ ਮਿੱਟੀ ਦਾ ਨਾ ਕਿਸੇ ਫੌਂਡਰੀ 'ਚ ਹੈ, ਮੈਂ ਨਹੀਂ ਕੀਤਾ ਇੱਦਾਂ ਦਾ ਕੋਈ ਕੰਮ, ਕਿਉਂਕਿ ਉਸ ਏਰੀਏ 'ਚ ਇੱਦਾਂ ਦੇ ਕੰਮ ਹੈ ਨਹੀਂ ਸੀ। ਅਤੇ ਇੱਧਰ ਮੈਨੂੰ ਕਹਿਣਾ ਲੋਕਾਂ ਨੇ ਤੁਸੀਂ ਆ ਜਾਓ, ਮੈਂ ਕਹਿਣਾ ਸਾਤੇ ਇੱਧਰ ਭਾਰੇ ਕੰਮ ਨਹੀਂ ਹੋਣੇ, ਨਾ ਮਿੱਟੀ ਘੱਟੇ ਦੇ ਹੋਣੇ, ਨਾ ਤੱਤੇ ਹੀ ਹੋਣੇ ਸਾਤੋਂ। ਮੈਂ ਕਈਆਂ ਬੰਦਿਆਂ ਦੇ ਦੇਖੇ ਹੱਥ ਇੱਦਾਂ ਹੀ ਰਹਿੰਦੀਆਂ ਉਂਗਲਾਂ, ਜਿੱਦਾਂ ਇੱਥੋਂ ਪਾਟੇ ਹੁੰਦੇ ਨਾ ਉਸ ਤਰ੍ਹਾਂ ਹੋ ਜਾਂਦੇ ਬੈਡ, ਹੈਂ ਭਾਰੇ ਕੰਮ ਤੱਤੇ। ਅਤੇ ਫਿਰ ਉਦੋਂ ਫਿਰ ਵਾਲ ਕਟਾਤੇ ਸੀਗੇ, ਫਿਰ ਮੈਂ ਵਾਲ ਰੱਖੇ ਆ 91 'ਚ, ਹਾਂਜੀ ਹਾਂ, ਮੈਨੂੰ 9 ਸਾਲ ਹੋ ਚੱਲੇ ਕਰੀਬਨ। ਸ਼ੋਪ ਭੇਜ ਦਿੱਤੀ ਸੀ ਉਦੋਂ, ਉਦੋਂ ਫਿਰ ਇੱਥੇ ਆ ਗਿਆ, ਤਾਂ ਇੱਥੇ ਫਿਰ ਬਾਹਰ ਰੱਖਦਾ ਉਦੋਂ, ਹਾਂ ਵਿਹਲੇ ਸੀਗੇ, ਕੰਮ ਤਾਂ ਕਿਤੇ ਮਿਲਣਾ ਹੀ ਨਾ ਸੀ। ਹੁਣ ਤਾਂ ਥੋੜ੍ਹਾ ਜਿਹਾ ਫਿਰ ਉੱਦਾਂ ਵੀ ਮਾਹੌਲ ਹੋ ਜਾਂਦਾ, ਜਾਣੀ ਸਹੂਲਤਾਂ ਵੀ ਹੈਗੀਆਂ ਉਹ ਕਾਫੀ ਸਾਨੂੰ, ਹੈ ਕਿ ਨਹੀਂ ਇੱਦਾਂ? ਤਾਂ ਹੁਣ ਜਿੱਦਾਂ ਆਪਾਂ ਆਪਣੇ ਗੁਰਦੁਆਰੇ ਤੁਸੀਂ ਪਹਿਲਾਂ ਆਏ ਸੀਗੇ, ਹਾਂਜੀ, ਕਿੱਦਾਂ ਤੁਹਾਨੂੰ ਲੱਗਾ ਸੀ ਵੀ ਇੰਨੇ ਗੁਰਦੁਆਰੇ ਹੈ ਨਹੀਂ ਗਏ? ਜਾਂ ਤੁਸੀਂ ਲੰਡਨ ਨੂੰ ਲੰਡਨ ਰਹਿੰਦੇ ਸੀ, ਉੱਥੇ ਕੋਈ ਗੁਰਦੁਆਰੇ ਹੈਗੇ ਸੀ? ਉੱਥੇ ਈਲਿੰਗ ਦੇ ਏਰੀਆ 'ਚ ਹੁੰਦਾ ਸੀ ਜੀ ਛੱਪਰਪੁਸ਼, ਉਹ ਗੁਰਦੁਆਰਾ ਇੰਗਲੈਂਡ ਦੇ ਵਿੱਚ ਪਹਿਲਾਂ ਬਣਿਆ। ਮੈਂ ਖਾਸ਼ਿਆਂ ਤੁਹਾਨੂੰ ਪਤਾ ਹੋਣਾ ਆਪਣੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਸੀ ਹੈ ਨਾ, ਉਹਦਾ ਇੱਕ ਬੇਟਾ ਸੀ ਨਾ ਦਲੀਪ ਸਿੰਘ, ਉਹਨੂੰ ਇਹਨਾਂ ਨੇ ਇੱਥੇ ਲੈ ਜਾਂਦਾ ਸੀਗਾ, ਉਹਦੀ ਜਾਇਦਾਦ ਉੱਥੇ ਬਣਾਇਆ। ਹੁਣ ਤਾਂ ਕਿਉਂਕਿ ਸਾਰੇ ਗੁਰਦੁਆਰੇ ਇੱਥੇ ਬਥੇਰੇ ਬਣ ਗਏ ਹੁਣ ਤਾਂ, ਜਾਣੀ ਪਹਿਲਾਂ ਉਹ ਗੁਰਦੁਆਰਾ ਸੀਗਾ ਉੱਥੇ, ਹਾਂਜੀ। ਤੁਸੀਂ ਉੱਥੇ ਜਾਂਦੇ ਸੀ? ਹਾਂ ਮੈਂ ਉੱਥੇ ਆਇਆ 2-3 ਦਫ਼ਾ, ਜਿੱਦਾਂ ਜਾਣੀ ਹਰ ਵੀਕੇ ਤਾਂ ਨਹੀਂ ਕਿਆ ਹੁੰਦਾ, ਐਤਵਾਰ ਨਹੀਂ ਹੁੰਦਾ ਇਹ ਪ੍ਰੋਗਰਾਮ, ਜਿੱਦਾਂ ਹੁਣ ਤਾਂ ਇੱਥੇ ਆਪਣੇ ਹਰ ਰੋਜ਼ ਹੀ ਹੁੰਦਾ ਪ੍ਰੋਗਰਾਮ, ਹਾਂਜੀ। ਚਲੋ ਤੁਸੀਂ ਤਿਆਰ ਹੁੰਦੇ ਸੀ ਇੰਡੀਆ ਤੋਂ ਇਸ ਮੌਕੇ ਨੂੰ ਆਉਣ ਲਈ, ਹਾਂਜੀ, ਕੀ ਤੁਸੀਂ ਦੱਸ ਸਕਦੇ ਹੋ ਕੀ ਤੁਸੀਂ ਸੋਚਦੇ ਸੀ ਕਿ ਜਿੱਦਾਂ ਗੱਲਾਂ ਤੁਸੀਂ ਸੁਣੀਆਂ ਹੋਣਾ ਵੀ ਕਿ ਇੰਗਲੈਂਡ ਕਿੱਦਾਂ ਦੀਆਂ ਹੋ, ਜਾਂ ਤੁਸੀਂ ਆਪ ਇੱਥੇ ਆਏ ਸੀਗੇ ਕਿੱਦਾਂ ਤੁਸੀਂ ਸੋਚਦੇ ਸੀਗੇ? ਕਈ ਲੋਕ ਕਹਿੰਦੇ ਵੀ ਇੱਥੇ ਠੰਡ ਬਹੁਤ ਸੀਗੀ, ਤਾਂ ਸੋਚਦੇ ਸੀ ਵੀ ਇੰਨੀ ਠੰਡ ਹੋਣੀ ਸੀ ਇਸ ਮੌਕੇ 'ਚ, ਤਾਂ ਤੁਸੀਂ ਜਿੱਦਾਂ ਜਹਾਜ਼ ਤੋਂ? ਹਾਂ ਸਾਨੂੰ ਇੰਡੀਆ 'ਚ ਤਾਂ ਇੱਦਾਂ ਹੀ ਕਹਿੰਦੇ ਸੀ ਵੀ ਠੰਡ ਬਹੁਤ ਵਾ ਉੱਥੇ, ਹੈਂ ਕੰਮ ਕਰਨੇ ਔਖੇ ਹੋ ਜਾਂਦੇ ਆ, ਥੋੜ੍ਹਾ ਜਿਹਾ ਜਿੱਦਾਂ ਤੁਹਾਡੀ ਉਮਰ ਆ 21 ਈਅਰ ਓਲਡ ਹੈ ਕਿ ਨਹੀਂ, ਉਹਨੂੰ ਠੰਡ ਨਹੀਂ ਲੱਗਦੀ ਇੰਨੀ, ਜਾਣੀ ਜਿੱਦਾਂ ਹੁਣ ਬੁੜਾ ਹੋ ਜਾਂਦਾ ਬੰਦਾ ਉਹਨੂੰ ਠੰਡ ਲੱਗਦੀ ਆ, ਅਤੇ ਸਾਨੂੰ ਤਾਂ ਨਹੀਂ ਕੋਈ ਇੱਦਾਂ ਦਾ ਕੋਈ ਹੋਇਆ ਜਾਣੀ ਫੀਲ। ਹਾਂਜੀ ਜਦੋਂ ਮੈਂ ਵੁਲਵਰਹੈਂਪਟਨ ਆਇਆ ਸੀਗਾ ਆਪਣੇ 65 ਦੇ ਵਿੱਚ ਪਹਿਲੀ ਦਫ਼ਾ, ਉਦੋਂ ਘਾਰ ਰੰਗ ਰੋਡ ਜਿਹੜੇ ਬਣਾਏ 2 ਰਾਊਂਡ ਬੋਰਡ, ਜਿਹੜਾ ਪਰਲਾ ਉਹ ਚੱਪਲ ਸ਼ੈਲ ਦਾ ਰਾਊਂਡ ਬੋਰਡ ਹੈ ਨਾ, ਪਹਿਲਾਂ ਹੈ ਨਾ ਸੀ 64 'ਚ ਆਇਆ, ਖਰਾ ਮੈਂ 65 'ਚ ਆਇਆ, ਉਦੋਂ ਹੈ ਨਾ ਸੀ, ਉਦੋਂ ਬਾਅਦ ਬਣਾਇਆ 67 'ਚ ਬਣਾਇਆ ਮੇਰਾ ਘਰ, ਮੈਂ ਕਿਹਾ 2-3 ਸਾਲ ਦੇ ਵਿੱਚ ਬਣਾਇਆ ਉਹ। ਅਤੇ ਉਦੋਂ ਇੱਦਾਂ ਸੀਗਾ ਵੀ ਚੰਗਾ ਸੀਗਾ, ਸਾਰੇ ਇੰਗਲੈਂਡ 'ਚ ਹੀ ਚੰਗਾ ਸੀ, ਤਕਰੀਬਨ ਇੱਕ ਦੂਜੇ ਨੂੰ ਚਾਹੁੰਦੇ ਸੀ ਲੋਕ ਮੁਹੱਬਤ ਪਿਆਰ ਨਾਲ, ਜਾਂ ਬੰਦੇ ਥੋੜ੍ਹੇ ਕਰਕੇ ਲਾ ਲਓ ਜਿੱਦਾਂ ਪਾਪੂਲੇਸ਼ਨ ਹੈ ਜੀ, ਗੋਰੇ ਵੀ ਇੱਦਾਂ ਹੀ ਸੀਗੇ, ਕੋਈ ਫਰਕ ਨਹੀਂ ਕਰਦਾ ਕਿਸੇ ਨਾਲ, ਅਤੇ ਕੋਈ ਚੀਜ਼ ਬਾਹਰ ਪਈ ਆ ਉੱਥੇ, ਅਤੇ 2-2 ਦਿਨ ਤਾਂ ਦੁੱਧ ਹੀ ਬਾਹਰ ਪਿਆ ਰਹਿੰਦਾ ਸੀਗਾ ਅੰਡੋਰ 'ਤੇ, ਜਿੱਦਾਂ ਹੈਂ ਕੋਈ ਨਸੀਂ ਚੱਕਦਾ, ਅਤੇ ਦੁੱਧ ਵਾਲੇ ਨੇ ਬਿੱਲ ਰੱਖ ਜਾਣਾ, ਉਹਦੇ ਪੈਸੇ ਉੱਥੇ ਰੱਖਦੇ ਨੇ, ਹੁਣ ਚੱਕ ਕੇ ਲੈ ਜਾਣੇ ਹਾਂਜੀ। ਅਤੇ ਜਿੱਦਾਂ ਦਾ ਮਾਹੌਲ ਹੋਣਿਆ ਅਸੀਂ ਤਾਂ ਕਹਿੰਦੇ ਉਹ ਸਭ ਬਈ ਠੀਕ ਸੀ ਉਸ ਟਾਈਮ 'ਤੇ, ਜਾਣੀ ਹੁਣ ਦੇਖੋ ਆ ਸਭ ਬਈ ਅੱਗੇ ਹੇਠਾਂ ਦੇ ਹੀ ਹੁੰਦੇ ਸੀ, ਬਣਾਇਓ ਬਈ ਪਬਲਿਕ ਤੋਂ ਹੀ ਸੀ ਬਈ ਆਪਣੇ ਫਾਇਦੇ ਲਈ, ਸੇਫਟੀ ਲਈ, ਬਈ ਐਕਸੀਡੈਂਟ ਨਾ ਹੋਊਗਾ ਕੋਈ।
ਹੁਣ ਦੇਖੋ ਬੰਦ ਕਰ ਰਹੇ ਆ ਹੈ ਹੁਣ ਉੱਪਰ ਦੀ ਫੇਪ ਬਣਾ ਰਹੇ ਆ ਹੈ ਕਿਉਂਕਿ ਜਿਹੜੇ ਇੱਥੇ ਕਾਨੂੰਨ ਆ ਨਾ ਜਾਣੀ ਜਿੱਦਾਂ ਅੱਜ ਤੋਂ 100 ਸਾਲ 150 ਸਾਲ ਪਹਿਲਾਂ ਹੁੰਦੇ ਸੀਗੇ ਉਦਾਂ ਦੇ ਕਾਨੂੰਨ ਆ ਹੁਣ ਪਬਲਿਕ ਜਿਹੜੀ ਥੋੜ੍ਹੀ ਜਿਹੀ ਵਿਗੜ ਚੁੱਕੀ ਆ ਹਾਂਜੀ ਕਿਉਂਕਿ ਗੋਰੇ ਕਾਲੇ ਸਾਰੇ ਹੀ ਪਬਲਿਕ ਵਿਗੜ ਚੁੱਕੀ ਆ ਪਬਲਿਕ ਉੱਦਾਂ ਦੀ ਹੈ ਨਹੀਂ ਹੁਣ ਹਾਂਜੀ ਅਤੇ ਹੁਣ ਤਾਂ ਇਹ ਆ ਵੀ ਜੇ ਤੂੰ ਉੱਥੇ ਤੁਰਿਆ ਜਾਂਦਾ ਇਕੱਲਾ ਤਾਂ ਦੋ ਜਣੇ ਆ ਗਏ ਤੈਨੂੰ ਧੱਕੇ ਮਾਰ ਕੇ ਤੇਰਾ ਪਸਵਾ ਖੋ ਕੇ ਲੈ ਜਾਣਗੇ ਅੱਗੇ ਨਹੀਂ ਸੀ ਕੋਈ ਇੱਦਾਂ ਕਰਦਾ ਹਾਂਜੀ ਹਾਂਜੀ ਦੁਕਾਨਾਂ ਦੇ ਵਿੱਚ ਵੀ ਹੁਣ ਕਈ ਦਫ਼ਾ ਜਦੋਂ ਬੰਦੇ ਨੂੰ ਬਾਤ ਨਹੀਂ ਆਉਂਦੀ ਹੈਗੀ ਅਤੇ ਤੁਸੀਂ ਹੁਣ ਉੱਥੇ ਪੈਸੇ ਲੈ ਤੁਹਾਨੂੰ ਇਹ ਵੀ ਨਹੀਂ ਪਤਾ ਉਹਨੂੰ ਦੇਣੇ ਕਿੰਨੇ ਆ ਹੈਂ ਅਤੇ ਉਹ ਆਪਣੇ ਉਹਨੂੰ ਕਹਿਣਾ ਲੈ ਪੈਸੇ ਲੈ ਲਾ ਆਪਣੇ ਪਾਉਣ ਦੇ ਦੇਣਾ ਜਿੰਨੇ ਉਹਦੇ ਹੈਗੇ ਰੱਖ ਲੈਣੇ ਬਾਕੀ ਤੁਹਾਨੂੰ ਚਾਹੀਦੀ ਵਾਪਸ ਕਰ ਦੇਣੀ ਉਹਨਾਂ ਨੂੰ ਅਤੇ ਅੱਜ ਕੱਲ੍ਹ ਤਾਂ ਕਈ ਆ ਜੇ ਤੁਸੀਂ ਉੱਥੇ ਮਾਰਕੀਟਾਂ ਜਾਓ ਜੇ ਤੁਸੀਂ ਵਾਧੂ ਦੇ ਦਿੱਤੇ ਆ ਉਹਨੀ ਵਾਧੂ ਹੀ ਰੱਖ ਲੈਂਦੇ ਆ ਹੈ ਕਿ ਨਹੀਂ ਜੇ ਤੁਹਾਨੂੰ ਕਿਸੇ ਨੇ ਵਾਧੂ ਮੋੜ ਦਿੱਤੇ ਆ ਤਾਂ ਤੁਸੀਂ ਉਹਨੂੰ ਵਾਪਸ ਨਹੀਂ ਕਰਨੇ ਹੈ ਕਿ ਨਹੀਂ ਜੇ ਉਹਨਾਂ ਨਾਲ ਵਾਧੂ ਚੱਲ ਗਏ ਉਹਨੀ ਤੁਹਾਨੂੰ ਕਹਿਣਾ ਨਹੀਂ ਬਸ ਇੰਨੇ ਹੀ ਸੀਗੇ ਨਹੀਂ ਨਹੀਂ ਇੱਦਾਂ ਨਹੀਂ ਸੀਗਾ ਅਤੇ ਉਸ ਟਾਈਮ 'ਤੇ ਅਸੀਂ ਤਾਂ ਕਹਿੰਦੇ ਬਹੁਤ ਚੰਗਾ ਸੀਗਾ ਆਪਣੇ ਵੀ ਉਸ ਟਾਈਮ 'ਤੇ ਬਹੁਤ ਚੰਗਾ ਸੀ ਇੰਡੀਆ ਦੇ ਵਿੱਚ ਕਿਉਂਕਿ ਪਾਕਿਸਤਾਨ ਤਾਂ ਬਾਅਦ 'ਚ ਬਣਿਆ ਨਾ ਪਹਿਲਾਂ ਇੰਡੀਆ ਹੀ ਸੀਗਾ ਨਾ ਹੈ ਅਤੇ ਹੁਣ ਤਾਂ ਦੋ ਦੇ ਤਿੰਨ ਬਣ ਗਿਆ ਬੰਗਲਾਦੇਸ਼ ਬਣ ਗਿਆ ਨਾਲ ਹੈ ਪਹਿਲਾਂ ਇੱਕੋ ਹੀ ਹੁੰਦਾ ਸੀਗਾ ਅਤੇ ਉਸ ਟਾਈਮ 'ਤੇ ਉੱਥੇ ਵੀ ਕੋਈ ਇੱਦਾਂ ਦਾ ਹੈ ਨਹੀਂ ਸੀ ਹੁਣ ਉੱਥੇ ਦੇਖੋ ਬੰਦੇ ਨੂੰ ਬੰਦਾ ਮਾਰ ਦਿੰਦਾ ਤੁਰਦਾ ਤੁਰਿਆ ਜਾਂਦਾ ਹੈ ਹੈ ਸਭ ਸਾਰੇ ਪਾਸੇ ਹਾਂਜੀ ਹੈ ਕਿ ਕੀ ਕਰੂੰ ਬੰਦਾ ਅਤੇ ਇੱਕ ਮੈਂ ਕਹਿੰਦਾ ਵੀ ਜਿਹੜੇ ਇੱਥੇ ਦੇ ਕਾਨੂੰਨ ਆ ਨਾ ਜਾਣੀ ਹੁਣ ਉਹ ਬਦਲਣੇ ਚਾਹੀਦੇ ਆ ਕਿਉਂਕਿ ਤੁਹਾਡੇ ਮਕਾਨ ਦੇ ਵਿੱਚ ਕੋਈ ਬੰਦਾ ਚੋਰੀ ਕਰਨ ਆ ਗਿਆ ਉਹ ਤੁਹਾਨੂੰ ਬਈ ਮਾਰ ਬਈ ਭਵਾਂ ਮਾਰ ਦੇਵੇ ਤੁਸੀਂ ਉਹਦੇ ਡੰਡਾ ਨਹੀਂ ਮਾਰ ਸਕਦੇ ਇਟਸ ਰੋਂਗ ਉਹ ਸੋਰੀ ਸੋਰੀ ਹਾਂ ਸੋਰੀ ਅਤੇ ਇਹ ਬਦਲਣੇ ਚਾਹੀਦੇ ਆ ਹੁਣ ਤੁਹਾਡੇ ਮਕਾਨ ਦੇ ਵਿੱਚ ਕੋਈ ਚੋਰੀ ਕਰਨ ਆਉਂਦਾ ਬੰਦਾ ਦੋ ਤਿੰਨ ਬੰਦੇ ਹੈਗੇ ਆ ਤੁਸੀਂ ਇੱਕ ਬੰਦਾ ਕੀ ਕਰੋਗੇ ਤੁਹਾਨੂੰ ਭਵਾਂ ਮਾਰ ਦੇਣ ਜਾਣੇ ਤੁਸੀਂ ਉਹਨਾਂ ਨੂੰ ਕੁਛ ਨਹੀਂ ਕਹਿ ਸਕਦੇ ਹਾਂ ਬਦਲ ਚੁੱਕੀ ਹਾਂ ਮੇਰੇ ਨਾਂ 'ਤੇ ਨਹੀਂ ਹੋਇਆ ਜਾਣੇ ਮੈਂ ਨਹੀਂ ਆਪਣਿਆਂ ਦਾ ਟੀਕੇ ਰਿਹਾ ਸਾਰੇ ਮੈਨੂੰ ਤਾਂ ਕਿਸੇ ਨਹੀਂ ਕਿਹਾ ਜਾਣਾ ਕਿਉਂਕਿ ਉਦੋਂ ਪਹਿਲੇ ਪੱਗ ਵੀ ਹੈ ਨਾ ਸੀ ਜਿੱਦਾਂ ਹੁਣ ਤਾਂ ਇੱਥੇ ਆਪਣੇ ਬਲਵਾਂ ਪ੍ਰਣਾਮ ਪੱਗਾਂ ਵਾਲੇ ਦੀ ਅਤੇ ਅੱਧੇ ਬੰਦੇ ਤਾਂ ਇੱਥੇ ਪੱਗਾਂ ਵਾਲੇ ਹੀ ਜੁੜੇ ਹਨ ਅਤੇ ਹਾਂ ਇੰਨਾ ਹੈਗਾ ਇੱਥੇ ਮਿਡਲੈਂਡ ਦਾ ਲੰਡਨ ਦਾ ਫਰਕ ਵਾ ਬਹੁਤ ਤੁਹਾਡੀ ਜਾਣੀ ਐਕਸਪੈਕਟ ਕਰਦੇ ਲੋਕ ਨਹੀਂ ਲੰਡਨ ਹਾਂਜੀ ਹਾਂ ਆਪਣੇ ਵੀ ਗੋਰੇ ਵੀ ਕਰਦੇ ਆ ਮੈਨੂੰ ਆਪਣੇ ਹੁਣ ਦਾ ਨਹੀਂ ਪਤਾ ਅੱਜ ਤੋਂ 24-25 ਸਾਲ ਦੀ ਮੈਂ ਗੱਲ ਕਰਦਾ ਪਹਿਲਾਂ ਦੀ ਜਾਣੀ ਮੈਂ ਇੱਥੇ ਆਇਆ ਨਾ ਕਈ ਦਫ਼ਾ ਜ਼ਿਆਦਾ ਆਉਣਾ ਜਾਣੀ ਉਹ ਉਰੇ ਆਈ ਇੱਧਰ ਨੂੰ ਖੰਮਾ ਉੱਥੇ ਨਹੀਂ ਉੱਥੇ ਕੋਲ ਆ ਕੇ ਜੇ ਜਿਹੜਾ ਤੇਰਾ ਨਾਂ ਆ ਨਾਂ ਲੈ ਕੇ ਤੈਨੂੰ ਕਹਿਣਾ ਵੀ ਆਹ ਕੰਮ ਇੱਦਾਂ ਨਹੀਂ ਇੱਦਾਂ ਕਰਨਾ ਇੱਥੇ ਕਹਿਣਾ ਉਹ ਖੰਮਾ ਹੈਂ ਸਾਰੇ ਇੱਦਾਂ ਹੀ ਕਹਿੰਦੇ ਸੀ ਉੱਥੇ ਇੱਕ ਦੂਜੇ ਨੂੰ ਜਾਣ ਹਾਂਜੀ ਇੱਦਾਂ ਹੀ ਬੋਲਦੇ ਨਹੀਂ ਨਹੀਂ ਸਾਰੇ ਇੱਦਾਂ ਹੀ ਕਹਿੰਦੇ ਕਿਉਂਕਿ ਮੇਰਾ ਬਾਹ ਗੋਰਿਆਂ 'ਚ ਬਾਹਲਾ ਪਿਆ ਮੈਂ ਝੂਠ ਬੋਲਾਂ ਇੱਥੇ ਪਿਆ ਆਪਣੇ ਬੰਦਿਆਂ 'ਚ ਮੇਰਾ ਨਹੀਂ ਮੇਰਾ ਵੀ ਗੋਰਿਆਂ 'ਚ ਬਾਹ ਪਿਆ ਜਾਣੀ ਬਾਹਲਾ ਸ਼ੋਪ ਲਈ ਸੀ ਜਿੱਥੇ ਜਾ ਕੇ ਉੱਥੇ ਵੀ ਆਪਣੇ ਬੰਦੇ ਇੰਨੇ ਸੀ ਨਾ ਕਾਲੇ ਸੀਗੇ ਗੋਰੇ ਹੀ ਸੀਗੇ ਹਾਂਜੀ ਹੋਰ
ਅੱਜ ਕੱਲ੍ਹ ਤਾਂ ਲੋਕ ਹੁਣ ਪੜ੍ਹੇ ਹੋ ਬਹੁਤ ਹੈਗੇ ਜਾਣੀ ਹੈਗੇ ਨੇ ਕੋਈ ਕਹਿਣ ਵਾਲੀ ਗੱਲ ਨਹੀਂ ਰਹੀ ਜਾਣੀ। ਅਤੇ ਹਾਂ ਇੱਦਾਂ ਵੀ ਜਿਹੜਾ ਤੁਹਾਡਾ ਗੁਆਂਢੀ ਆ ਉਹਦੇ ਨਾਲ ਤੁਸੀਂ ਬਣਾ ਕੇ ਰੱਖੋ, ਪਰ ਕਈ ਬੰਦੇ ਇੱਦਾਂ ਦੇ ਹੈਗੇ ਮੈਂ ਸੁਣਦਾ ਜਾਣੀ ਬਈ ਉਹ ਦੇਖਣਾ ਨਹੀਂ ਚਾਹੁੰਦੇ ਇੱਕ ਦੂਜੇ ਨੂੰ ਜਿੱਦਾਂ, ਹਾਂਜੀ। ਅਤੇ ਪਰ ਆਪਣੇ ਨਾਂ ਤਾਂ ਇੱਦਾਂ ਕੋਈ ਨਹੀਂ ਹੋਇਆ ਜੇ ਕਿਸੇ ਦਿਨ, ਉੱਥੇ ਵੀ ਰਹੇ ਇੱਥੇ ਵੀ ਰਹੇ ਜਾਣੀ ਹੁਣ ਵੀ ਰਹਿੰਦੇ ਹਾਂ ਆਪਾਂ ਇਹਨਾਂ ਠੀਕ ਆ। ਅਸੀਂ ਜਾਣੀ ਐਕਸਟੈਂਸ਼ਨ ਕੀਤਾ ਸੀ ਪਿੱਛੇ ਨੂੰ ਇੱਥੇ ਵੀ ਘਰ ਵਧਾਇਆ ਸੀਗਾ, ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਕੋਈ ਗੱਲ ਨਹੀਂ। ਹਾਂ ਇੱਕ ਪਾਸੇ ਗੋਰੇ ਇੱਕ ਪਾਸੇ ਆਪਣੇ ਹੀ ਆ, ਆਪਣੇ ਹਜੇ ਤਾਂ ਥੋੜ੍ਹਾ ਝੜਕਾ ਪਾਇਆ ਸੀ ਬਾਅਦ 'ਚ। ਮੈਂ ਕਿਹਾ ਬਈ ਉਹਨਾਂ ਨੇ ਆਖਿਆ ਤੁਸੀਂ ਜਾ ਕੇ ਉਹਨਾਂ ਨੂੰ ਪੁੱਛੋ, ਕੌਂਸਲ ਨੂੰ ਪੁੱਛ ਲਓ ਜਾ ਕੇ। ਅਤੇ ਉਹਨਾਂ ਬੰਦੇ ਗੋਰਾ ਗੋਰੀ ਸੀਗੇ ਦੋਏ ਰਹਿੰਦੇ, ਜਿੱਦਾਂ ਉਹਨਾਂ ਦਾ ਮੁੰਡਾ ਰਹਿੰਦਾ ਨਾਲ ਉਹਨਾਂ ਦੇ, ਉਹਨਾਂ ਨੂੰ ਪੁੱਛਿਆ ਵੀ ਅਸੀਂ ਕੰਧ ਅੱਧ 'ਚ ਪਲ ਜੇ ਕਿ ਆਪਣੇ ਥਾਂ 'ਚ ਪਲ ਜੇ, ਉਹ ਕਹਿੰਦੇ ਅੱਧ 'ਚ ਪਲੋ। ਅਸੀਂ ਉਹਨੂੰ ਕਿੱਦਾਂ ਮਾੜੇ ਕਹਿ ਸਕਦੇ ਉਹਨਾਂ ਨੂੰ, ਹੈਂ। ਹਾਂਜੀ 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 ਹਾਂ ਕਰਦੇ ਆ, ਕਿਉਂਕਿ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਗੁਆਂਢੀ ਨੂੰ ਪੁੱਛਣਾ ਚਾਹੀਦਾ ਪਹਿਲਾਂ। ਇਹ ਦੋ ਹਿੱਸੇ ਹੁੰਦੇ ਆ, ਇੱਕ ਨੂੰ ਤੁਹਾਨੂੰ ਬਿਲਕੁਲ ਇਹ ਪੁੱਛਣਾ ਪੈਂਦਾ ਅੱਬੋ ਤੱਤ, ਉਹਨਾਂ ਨੂੰ ਪੁੱਛਣਾ ਪੈਂਦਾ। ਕਈ ਥਾਂ ਇੱਦਾਂ ਦੇ ਹੈਗੇ ਤੁਹਾਨੂੰ ਉਹਨਾਂ ਨੂੰ ਨਹੀਂ ਪੁੱਛਣਾ ਪੈਂਦਾ, ਇੱਕ ਸਾਈਡ 'ਤੇ ਪੁੱਛਣਾ ਪੈਂਦਾ, ਹਾਂਜੀ। ਉਹਨਾਂ ਨੂੰ ਫਿਰ ਕੌਂਸਲਰ ਵਾਲੇ ਵੀ ਨਹੀਂ ਪੁੱਛਦੇ ਜਾਣੀ, ਉਹ ਵੀ ਇੱਕ ਸਾਈਡ 'ਤੇ ਪੁੱਛਦੇ ਆ, ਹੈ ਕਿ ਨਹੀਂ। ਇੱਦਾਂ ਹੋ ਜਾਂਦੀ ਹੈ ਕਈ ਦਫ਼ਾ। ਥੈਂਕ ਯੂ ਤੁਹਾਡਾ ਬਹੁਤ।